ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਣਗੇ ਤੇ ਸਵਾਗਤ ਕਰਦੇ ਹਾਂ ਤੁਹਾਡਾ ਨਵੇਂ ਵੀਡੀਓ ਵਿੱਚ ਦਿਮਾਗ ਨੂੰ ਆਪਾਂ ਕਿਵੇਂ ਸ਼ਾਰਪ ਕਰ ਸਕਦੇ ਹਾਂ ਜੇ ਜਦੋਂ ਆਪਾਂ ਬਾਡੀ ਬਣਾਉਣੀ ਹੁੰਦੀ ਆ ਆਪਾਂ ਫਿਜ਼ੀਕਲ ਐਕਸਰਸਾਈਜ਼ ਕਰਦੇ ਆ ਆਪਾਂ ਜਿਮ ਜਾਂਦੇ ਆ ਆਪਾਂ ਵਰਕਆਊਟ ਕਰਦੇ ਆ ਤੇ ਇਦਾਂ ਹੀ ਦਿਮਾਗ ਲਈ ਵੀ ਐਕਸਰਸਾਈਜ਼ ਹੁੰਦੀਆਂ ਨੇ ਜਿਹੜੀ ਕਿ ਆਪਣੇ ਦਿਮਾਗ ਨੂੰ ਤੇਜ਼ ਕਰਦੀਆਂ ਨੇ ਸ਼ਾਰਪ ਕਰਦੀਆਂ ਨੇ ਆਪਾਂ ਕੋਈ ਵੀ ਚੀਜ਼ ਬੈਟਰ ਯਾਦ ਰੱਖ ਸਕਦੇ ਆ ਪਰ ਆਬਵੀਅਸਲੀ ਦਿਮਾਗ ਵਾਲੀ ਐਕਸਰਸਾਈਜ਼ ਬਹੁਤ ਡਿਫਰੈਂਟ ਹੁੰਦੀਆਂ ਨੇ ਜਿਮ ਵਾਲੀ ਐਕਸਰਸਾਈਜ਼ਾਂ ਤੋਂ ਤੇ ਹੁਣ ਜਿੱਦਾਂ ਕਿ ਆਪ ਨੇ ਉਹ ਚੀਜ਼ ਨੂੰ 63 ਪਿਕ ਕਰ ਲੈਂਦੇ ਨੇ ਤੇ 63 ਸਿੱਖ ਜਾਂਦੇ ਨੇ ਤੇ ਇਦਾਂ ਦੇ ਬੱਚੇ ਵੀ ਹੁੰਦੇ ਸੀ ਜਿਨ੍ਹਾਂ ਨੂੰ ਸਿੱਖਣ 'ਚ ਜ਼ਿਆਦਾ ਟਾਈਮ ਲੱਗਦਾ ਸੀ ਪਰ ਇਹਦਾ ਮਤਲਬ ਆਇਆ ਨਹੀਂ ਕਿ ਭੀ ਜਿਹੜੇ ਬੱਚਿਆਂ ਨੂੰ ਕੋਈ ਵੀ ਚੀਜ਼ ਸਿੱਖਣ 'ਚ ਜ਼ਿਆਦਾ ਟਾਈਮ ਲੱਗਦਾ ਵੀ ਉਹਨਾਂ ਦਾ ਘੱਟ ਦਿਮਾਗ ਆ ਸਿੰਪਲੀ ਉਹਨਾਂ ਨੂੰ ਥੋੜੀ-ਬਹੁਤੀ ਬ੍ਰੇਨ ਦੀ ਐਕਸਰਸਾਈਜ਼ ਦੀ ਲੋਡ ਆ ਸੋ ਅੱਜ ਮੈਂ ਤੁਹਾਡੇ ਲਈ ਇੱਥੇ ਪੰਜ ਡਿਫਰੈਂਟ ਬ੍ਰੇਨ ਐਕਸਰਸਾਈਜ਼ ਲਿਆ ਆ ਦੇਖਣ ਨੂੰ ਤਾਂ ਈਜ਼ੀ ਲੱਗਣ ਗਿਆ ਪਰ ਤੁਹਾਡੇ ਦਿਮਾਗ ਨੂੰ ਤਾਂ ਮਿਹਨਤ ਕਰਨੀ ਪਊਗੀ ਇਹ ਚੀਜ਼ ਫਿਗਰ ਆਊਟ ਕਰ ਲਈ ਸੋ ਆਪਾਂ ਅੱਗੇ ਵਧਦੇ ਆਂ ਤੇ ਆਪਾਂ ਆਪਣੀ ਪਹਿਲੀ ਐਕ ਤਿੰਤਾ ਦੇਖ ਸਕਦੇ ਹੋ ਅਲੱਗ-ਅਲੱਗ ਵਰਡਸ ਲਿਖੇ ਆ ਰਹੇ ਨੇ ਤੇ ਹੁਣ ਆਪਾਂ ਇੱਥੇ ਕਰਨਾ ਕੀ ਆ ਜਿਹੜੇ ਵਰਡਸ ਨੇ ਉਹਨਾਂ ਨੂੰ ਪੜਨਾ ਨਹੀਂਗਾ ਐਕਚੁਅਲ ਵਰਡਸ ਨਹੀਂ ਪੜਨੇ ਹੁਣ ਜੇ ਆਪਾਂ ਪਹਿਲੀ ਲਾਈਨ ਰੀਡ ਕਰੀਏ ਬਲੂ ਗ੍ਰੀਨ yellow ਤੇ ਬਰਾਊਨ ਇਦਾਂ ਨਹੀਂ ਰੀਡ ਕਰਨੇ ਸੋ ਪਹਿਲੀ ਲਾਈਨ ਨੂੰ ਰੀਡ ਕਰਨ ਦਾ ਇਹ ਸਹੀ ਤਰੀਕਾ red yellow green and violet ਸੋ ਐਕਚੁਅਲ ਵਰਡ ਨਹੀਂ ਆਪਾਂ ਪੜਨੇ ਪਰ ਵਰਡਸ ਦੇ ਜਿਹੜੇ ਰੰਗ ਨੇ ਉਹ ਆਪਾਂ ਪੜਨੇ ਨੇ ਸੋ ਮੈਂ ਤੁਹਾਨੂੰ ਇੱਥੇ 20 ਸਕਿੰਟ ਦਿੰਨਾ ਤੇ ਦੇਖਦੇ ਆ 20 ਸਕਿੰਟਾਂ ਚ ਤੁਸੀਂ ਕਿੰਨੇ ਵਰਡਸ ਪੜ੍ਹ ਸਕਦੇ ਹੋ ਇਹ ਐਕਸਰਸਾਈਜ਼ ਤਾਂ ਇੰਨੀ ਹੈਲਪ ਕਰਦੀ ਹੈ ਕਿਉਂਕਿ ਆਪਣਾ ਬ੍ਰੇਨ ਆ ਜੋ ਉਹ ਦੋ ਹਿੱਸਿਆਂ ਚ ਵੰਡਿਆ ਹੁੰਦਾ ਉਹਨੂੰ ਬ੍ਰੇਨ ਦੇ ਹੈਮਿਸਫੇਅਰ ਕਹਿ ਦਿੰਦੇ ਨੇ ਹੁਣ ਆਪਣੇ ਬ੍ਰੇਨ ਦਾ ਹਿੱਸਾ ਜਿਹੜੇ ਰੰਗ ਡਿਟੈਕਟ ਕਰਦਾ ਹੁੰਦਾ ਉਹ ਰਾਈਟ ਸਾਈਡ ਹੁੰਦਾ ਬ੍ਰੇਨ ਦਾ ਤੇ ਜਿਹੜਾ ਹਿੱਸਾ ਆਪਣੇ ਬ੍ਰੇਨ ਦਾ ਐਕਚੁਅਲ ਵਿੱਚ ਕੁਝ ਪੜਦਾ ਹੁੰਦਾ ਹਨਾ ਜਦੋਂ ਆਪਾਂ ਕੋਈ ਵੀ ਚੀਜ਼ ਪੜ੍ਹਦੇ ਹੁੰਨੇ ਆ ਆਪਣਾ ਲੈਫਟ ਸਾਈਡ ਆਫ ਦਾ ਬ੍ਰੇਨ ਜਿਆਦਾ ਕੰਮ ਕਰਦਾ ਸੋ ਜਦੋਂ ਆਪਾਂ ਇਹ ਐਕਸਰਸਾਈਜ਼ ਕਰਦੇ ਆ ਬ੍ਰੇਨ ਦੇ ਦੋਨੇ ਹੈਮਿਸਫੇਅਰ ਇਕੱਠੇ ਕੰਮ ਕਰਦੇ ਨੇ ਲੈਫਟ ਸਾਈਡ ਰਾਈਟ ਸਾਈਡ ਦੋਨੇ ਕੰਬਾਈਨਡ ਹੁੰਦੇ ਨੇ ਤਾਂ ਕਰਕੇ ਇਹ ਐਕਸਰਸਾਈਜ਼ ਨਾਲ ਆਪਣਾ ਬ੍ਰੇਨ ਜਿਆਦਾ ਫੋਕਸ ਕਰ ਸਕਦਾ ਆਪਾਂ ਮਲਟੀਟਾਸਕ ਬੈਟਰ ਕਰ ਸਕਦੇ ਆ ਮਤਲਬ ਕਿ ਇੱਕੋ ਟਾਈਮ 'ਚ ਦੋ ਦੋ ਕੰਮ ਤੁਸੀਂ ਬੈਟਰ ਕਰ ਸਕਦੇ ਹੋ ਹੁਣ ਆਪਾਂ ਆਪਣੀ ਦੂਸਰੀ ਐਕਸਰਸਾਈਜ਼ ਤੇ ਚੱਲਦੇ ਆ ਇਹਦਾ ਨਾਮ ਹੈਗਾ ਸਕਲਟ ਟੇਬਲ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਹੁਣ ਇੱਥੇ ਮੈਂ ਤੁਹਾਨੂੰ ਸਮਝਾਉਣਾ ਤੁਸੀਂ ਕੀ ਕਰਨਾ ਹੁਣ ਇੱਥੇ ਨੰਬਰ 1 ਤੋਂ ਲੈ ਕੇ ਨੰਬਰ 25 ਤੱਕ ਸਾਰੇ ਨੰਬਰ ਹੈਗੇ ਨੇ ਟੇਬਲ ਵਿੱਚ ਤੁਸੀਂ ਕੀ ਕਰਨਾ ਤੁਸੀਂ ਅਸੈਂਡਿੰਗ ਆਰਡਰ ਵਿੱਚ ਸਾਰੇ ਨੰਬਰ ਲੱਭਣੇ ਨੇ ਤੇ 1 ਤੋਂ ਲੈ ਕੇ 25 ਤੱਕ ਪਹੁੰਚਣਾ ਫੋਰ ਐਗਜ਼ਾਮਪਲ ਨੰਬਰ 1 ਇੱਥੇ ਆ ਨੰਬਰ 2 ਇੱਥੇ ਲੱਭੂਗਾ ਤੁਹਾਨੂੰ ਨੰਬਰ 3 ਤੁਹਾਨੂੰ ਇੱਥੇ ਲੱਭੂਗਾ ਇਦਾਂ ਤੁਸੀਂ 25 ਤੱਕ ਪਹੁੰਚਣਾ ਤੇ ਦੇਖਦੇ ਤੁਸੀਂ 30 ਮਿੰਟਾਂ 'ਚ ਹੀ ਕਿੱਥੇ ਤੱਕ ਪਹੁੰਚਦੇ ਹੋ ਏ ਜੋ ਐਕਸਰਸਾਈਜ਼ ਆਈ ਐਕਚੁਅਲੀ ਆਪਣੇ ਦਿਮਾਗ ਲਈ ਬਹੁਤ ਹੀ ਜ਼ਿਆਦਾ ਬੈਨੀਫੀਸ਼ੀਅਲ ਆ ਤੁਹਾਨੂੰ ਦੇਖਣ ਨੂੰ ਮੇ ਵੀ ਐਂ ਲੱਗਦਾ ਹੋਊਗਾ ਕਿ ਕੀ ਯਾਰ ਜਵਾਕਾ ਜਿਹੀ ਵਾਲੀ ਖੇਡ ਆ ਪਰ ਐਕਚੁਅਲ ਵਿੱਚ ਛੋਟੇ ਦਿਮਾਗ ਦਾ ਇੱਥੇ ਜ਼ੋਰ ਲੱਗ ਰਿਹਾ ਉਹ ਡਿਵੈਲਪ ਹੋ ਰਿਹਾ ਇਹ ਜਿਹੜੀ ਐਕਸਰਸਾਈਜ਼ ਸੀ ਜਿਹੜੀ ਮੈਂ ਤੁਹਾਨੂੰ ਨੰਬਰਸ ਵਾਲੀ ਦਿਖਾਈ ਸੀ ਇਹ ਦਾ ਨਾ ਆਪਣਾ ਦਿਮਾਗ ਕੋਈ ਵੀ ਇਨਫੋਰਮੇਸ਼ਨ ਛੇਤੀ ਪ੍ਰੋਸੈਸ ਕਰ ਪਾਉਂਦਾ ਹੁਣ ਆਪਾਂ ਆਪਣੇ ਤੀਜੇ ਐਕਸਰਸਾਈਜ਼ ਤੇ ਚੱਲਦੇ ਹਾਂ ਇੱਥੇ ਆਪਾਂ ਹੈਂਡ ਜੈਸਟਰ ਯੂਜ਼ ਕਰਾਂਗੇ ਤੇ ਇਹ ਚੀਜ਼ ਥੋੜੀ ਜਿਹੀ ਟ੍ਰਿਕੀ ਆ ਮੈਂ ਵੀ ਪਹਿਲਾਂ ਯਾਰ ਫਿਗਰ ਆਊਟ ਕੀਤਾ ਸੀ ਵੀ ਕਿੱਦਾਂ ਕਰਨਾ ਪਰ ਜੇ ਮੈਂ ਹੁਣ ਦੁਬਾਰਾ ਫੇਅਰ ਕਰਾਂ ਨਾ ਕੈਮਰੇ ਉਰੇ ਮੈਂ ਤਾਂ ਆਪ ਕੰਫਿਊਜ਼ ਹੋ ਜਾਂ ਸੋ ਇੱਥੇ ਪਤਾ ਆਪਾਂ ਕੀ ਕਰਨਾ ਦੋਨੇ ਹੱਥ ਆਪਾਂ ਯੂਜ਼ ਕਰਾਂਗੇ ओके साइन ਕਰਨਾ ਹੈ ਰਾਈਟ ਹੱਥ ਨਾਲ ਆਪਦਾ ਵਿਕਟਰੀ ਸਾਈਨ ਕਰ ਸਕਦੇ ਹੋ ਤੇ ਲੈਫਟ ਹੱਥ ਨਾਲ ਓਕੇ ਸਾਈਨ ਹੁਣ ਆਪਾਂ ਹੱਥ ਸਵਿਚ ਕਰਨੇ ਨੇ ਇਹਦਾ ਮਤਲਬ ਜੇ ਰਾਈਟ ਨਾਲ ਤੁਸੀਂ ਪਹਿਲਾਂ ਵਿਕਟਰੀ ਸਾਈਨ ਕਰਦੇ ਸੀ ਹੁਣ ਰਾਈਟ ਨਾਲ ਤੁਸੀਂ ਓਕੇ ਸਾਈਨ ਕਰੋਗੇ ਤੇ ਲੈਫਟ ਨਾਲ ਤੁਸੀਂ ਵਿਕਟਰੀ ਸਾਈਨ ਕਰੋਗੇ ਇਹ ਇਦਾਂ ਹੀ ਸਵਿਚ ਕਰੀ ਜਾਣਾ ਨੇ ਤੁਸੀਂ ਦੇਖ ਰਹੇ ਹੋ ਮੈਂ ਵੀ ਪਹਿਲਾਂ ਪਹਿਲਾਂ ਥੋੜਾ ਕੰਫਿਊਜ਼ ਹੋ ਰਿਹਾ ਹਾਂ ਪਰ ਇਹ ਚੀਜ਼ ਫਿਗਰ ਆਊਟ ਕਰ ਲੈਣਾ ਥੋੜਾ ਟਾਈਮ ਲੱਗਦਾ ਇਹ ਜਿਹੜੀ ਚੀਜ਼ ਆ ਇਹ ਅਸਲ ਚ ਆਪਣੇ ਦਿਮਾਗ ਲਈ ਇੰਨੀ ਵਧੀਆ ਕਿਉਂਕਿ ਇਹ ਬਹੁਤ ਅਨਿਊਜੁਅਲ ਚੀਜ਼ ਆ ਆਪਣਾ ਦਿਮਾਗ ਛੇਤੀ ਦੋਨੇ ਜਿਹੜੇ ਦਿਮਾਗ ਦੇ ਹਿੱਸੇ ਨੇ ਲੈਫਟ ਸਾਈਡ ਰਾਈਟ ਸਾਈਡ ਇੱਥੇ ਵੀ ਦੋਨੇ ਇਕੱਠੇ ਕੰਮ ਕਰਦੇ ਨੇ ਜੇ ਤੁਸੀਂ ਇਹ ਚੀਜ਼ ਬਹੁਤ ਆਸਾਨੀ ਨਾਲ ਪਹਿਲਾਂ ਕਰਦੇ ਹੋ ਇਹਦਾ ਮਤਲਬ ਤੁਹਾਡਾ ਬ੍ਰੇਨ ਆਲਰੇਡੀ ਵਧੀਆ ਕੰਮ ਕਰਦਾ ਆਲਰੇਡੀ ਕੋਈ ਵੀ ਨਵੀਂ ਚੀਜ਼ ਉਹਦੇ ਮੂਰੇ ਪੇਸ਼ ਕੀਤੀ ਜਾਵੇ ਉਹ ਛੇਤੀ ਸਮਝ ਜਾਂਦਾ ਜੇ ਤੁਹਾਨੂੰ ਪਹਿਲਾਂ ਕੰਫਿਊਜ਼ਨ ਹੁੰਦੀ ਆ ਜੋ ਕਿ ਬਹੁਤ ਨਾਰਮਲ ਚੀਜ਼ ਆ ਥੋੜੀ ਬਹੁਤੀ ਐਕਸਰਸਾਈਜ਼ ਚਾਹੀਦੀ ਆ ਤੇ ਤੁਸੀਂ ਇਹ ਚੀਜ਼ ਚ ਬੈਟਰ ਹੋ ਸਕਦੇ ਹੋ ਤੇ ਇਦਾਂ ਹੀ ਜਿੱਦਾਂ ਹੀ ਇਹ ਚੀਜ਼ ਚ ਤੁਸੀਂ ਬੈਟਰ ਹੋ ਸਕਦੇ ਹੋ ਇਦਾਂ ਹੀ ਕੋਈ ਵੀ ਚੀਜ਼ ਤੁਸੀਂ ਆਪਣੇ ਦਿਮਾਗ ਨੂੰ ਸਿਖਾ ਸਕਦੇ ਹੋ ਪ੍ਰੈਕਟਿਸ ਦੇ ਨਾਲ ਬਾਰ 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 ਜੇ ਤੋ ਕਰੋਗੇ ਨਾ ਉਹ ਚੀਜ਼ रिपीट ਕਰੋਗੇ ਸੇਮ ਸੇਮ ਦਿਮਾਗ ਨੇ ਆਪੀ ਸਿੱਖ ਚੜ ਗਿਆ ਸੋ ਹੁਣ ਆਪਾਂ ਆਪਣੇ ਚੌਥੀ ਐਕਸਰਸਾਈਜ਼ ਤੇ ਚੱਲਦੇ ਆ ਜਿਹੜੀ ਕਿ ਅਗਲੀ ਐਕਸਰਸਾਈਜ਼ ਆ ਸੋ ਇਹ ਚੀਜ਼ ਤੁਸੀਂ ਟਰਾਈ ਕਰਕੇ ਦੇਖਿਓ ਠੀਕ ਆ ਆਪਦੇ ਡੇਲੀ ਬੇਸਿਸ ਤੇ ਟਰਾਈ ਕਰਕੇ ਦੇਖਿਓ ਇੱਥੇ ਤੁਸੀਂ ਆਦਾ ਨੋਨ ਡੋਮੀਨੈਂਟ ਹੈਂਡ ਯੂਜ਼ ਕਰਨਾ ਸਾਰੇ ਰੈਗੂਲਰ ਐਕਟੀਵਿਟੀ ਜਿਹੜੇ ਆਪ ਦਾ ਦਿਨ ਚ ਕਰਦੇ ਹੋ ਜੋ ਤੁਸੀਂ ਸਵੇਰੇ ਉੱਠਦੇ ਹੋ ਜੇ ਤੁਸੀਂ ਬਰਸ਼ ਆਪ ਤੇ ਰਾਈਟ ਹੈਂਡ ਨਾਲ ਕਰਦੇ ਹੋ ਤਾਂ ਲੈਫਟ ਹੈਂਡ ਨਾਲ ਕਰਨਾ ਸ਼ੁਰੂ ਕਰੋ ਫੋਰ ਐਗਜ਼ਾਮਪਲ ਖਾਣੇ ਚ ਜੇ ਤੁਸੀਂ ਹਨਾ ਸਪੂਨ ਜਿਹੜਾ ਚਮਚਾ ਉਹ ਆਪਦੇ ਖੱਬੇ ਹੱਥ ਨਾਲ ਫੜਦੇ ਹੋ ਤਾਂ ਸੱਜੇ ਨਾਲ ਫੜ ਕੇ ਦੇਖੋ ਸੱਜੇ ਨਾਲ ਖਾ ਕੇ ਦੇਖੋ ਸੋ ਜਿਹੜੀ ਵੀ ਚੀਜ਼ ਤੁਸੀਂ ਆਪਦੇ ਡੋਮੀਨੈਂਟ ਹੈਂਡ ਨਾਲ ਕਰਦੇ ਹੋ ਨਾ ਉਹ ਦੂਜੇ ਹੱਥ ਨਾਲ ਕਰੋ ਇਥੇ ਹੱਸਣ ਵਾਲੀ ਕੋਈ ਚੀਜ਼ ਨਹੀਂ ਕਿਉਂਕਿ ਐਕਚੁਅਲ ਵਿੱਚ ਆਪਦਾ ਇੱਕ ਡੋਮੀਨੈਂਟ ਹੱਥ ਛੱਡ ਕੇ ਤੇ ਦੋਏ ਹੱਥ ਨਾਲ ਸਾਰੇ ਨਾਰਮਲ ਆਪਦੀ ਰੁਟੀਨ ਕਰਨੇ ਦਿਮਾਗ ਲਈ ਬਹੁਤ ਔਖੀ ਚੀਜ਼ ਆ ਇਹ ਉਹ ਹੌਲੀ ਹੌਲੀ ਐਡਪਟ ਹੋਊਗਾ ਤੇ ਆਲਸੋ ਵਧੀਆ ਐਕਸਰਸਾਈਜ਼ ਵੀ ਆ ਹੁਣ ਆਪਾਂ ਆਪਣੀ ਪੰਜਵੀਂ ਐਕਸਰਸਾਈਜ਼ ਤੇ ਚਲਦੇ ਆਂ ਪੰਜਵੀਂ ਐਕਸਰਸਾਈਜ਼ ਆ ਜਿਹੜੀ ਇਹ ਹੈਗੀ ਆ ਜਦੋਂ ਆਪਾਂ ਗੇਮਾਂ ਖੇਡਦੇ ਆ ਹੁਣ ਜਦੋਂ ਗੇਮਾਂ ਦੀ ਗੱਲ ਹੁੰਦੀ ਆ ਨਾ ਗੇਮਾਂ ਅਕਸਰ ਆਪਾਂ ਨੂੰ ਐ ਕਿਹਾ ਜਾਂਦਾ ਕਿ ਸਹੀ ਨਹੀਂ ਗਿਆ ਹਨਾ ਵੀ ਦਿਮਾਗ ਨੂੰ ਸਲੋ ਕਰਦੇ ਆ ਨੇ ਬੰਦਾ ਐਡਿਕਟ ਹੁੰਦਾ ਬੰਦਾ ਸਾਰਾ ਦਿਨ ਉੱਥੇ ਬੈਠਾ ਰਹਿੰਦਾ ਹੋਰ ਕੁਝ ਨਹੀਂ ਕਰਦਾ ਤਾਂ ਹਾਂ ਹੁਣ ਮੈਂ ਪਬਜੀ ਵਰਗੇ ਗੇਮਾਂ ਦੀ ਗੱਲ ਨਹੀਂ ਕਰਦਾ ਮੈਂ ਐਕਚੁਅਲ ਵਿੱਚ ਉਹ ਗੇਮਾਂ ਦੀ ਗੱਲ ਕਰਦਾ ਜਿਹਦੇ ਵਿੱਚ ਬਹੁਤ ਸਾਰਾ ਮੈਂਟਲ ਪਾਵਰ ਤੁਸੀਂ ਯੂਜ਼ ਕਰਦੇ ਹੋ ਜਿੱਥੇ ਬਹੁਤ ਸਾਰਾ ਤੁਹਾਡਾ ਧਿਆਨ ਚਾਹੀਦਾ ਫੋਕਸ ਚਾਹੀਦਾ ਜਿੱਦਾਂ ਕਿ ਚੈਸ ਚੈਸ ਦੀ ਗੇ ਉੱਥੇ ਪੂਰਾ ਸਾਰਾ ਅਟੈਂਸ਼ਨ ਚਾਹੀਦਾ ਤੁਸੀਂ ਡਿਸਟਰੈਕਟ ਨਹੀਂ ਹੋ ਸਕਦੇ ਕੱਲਾ ਕੱਲਾ ਮੂਵ ਬੰਦਾ ਪਹਿਲਾਂ ਹੀ ਆਪਦਾ ਪਲਾਨ ਕਰਦਾ ਹੁੰਦਾ ਚੈਸ ਨਾਲ ਇਹ ਚੀਜ਼ ਬੰਦਾ ਸਿੱਖਦਾ ਵੀ ਆਪਦੇ ਸਾਰੇ ਕੱਲੇ ਕੱਲੇ ਮੂਵ ਕਿੱਦਾਂ ਪਹਿਲਾਂ ਹੀ ਪਲਾਨ ਕਰਕੇ ਰੱਖਣਾ ਤੇ ਚੈਸ ਦੀ ਤਰ੍ਹਾਂ ਬੰਦਾ ਲਾਈਫ ਵਿੱਚ ਵੀ ਇਹ ਸਕਿੱਲ ਸਿੱਖਦਾ ਵੀ ਪਹਿਲਾਂ ਤੋਂ ਹੀ ਆਪਦੇ ਸਾਰੇ ਮੂਵ ਮੈਂ ਪਲਾਨ ਕਰਕੇ ਰੱਖਾਂ ਚੈਸ ਦੀ ਤਰ੍ਹਾਂ ਹੋਰ ਵੀ ਬਹੁਤ ਇਦਾਂ ਦੀਆਂ ਗੇਮਾਂ ਨੇ ਜੀ ਚ ਕਾਫੀ ਥੋੜੀ ਬ੍ਰੇਮ ਪਾਵਰ ਲਾ ਦਿਆ ਜਿੰਦ ਤੱਕ ਇਹ ਸੂਟੋ ਹੋ ਗਿਆ ਇਹ ਇਦਾਂ ਦੀ ਗੇਮ ਮਨ ਹੈ ਜਿੱਥੇ ਐਕਚੁਅਲ ਵਿੱਚ ਤੁਹਾਨੂੰ ਦਿਮਾਗ ਬਹੁਤ ਲੜਾਉਣਾ ਪੈਣਾ ਹੁਣ ਇੱਥੇ ਐਂਡ ਵਿੱਚ ਮੈਂ ਤੁਹਾਨੂੰ ਇਹ ਹੀ ਚੀਜ਼ ਕਹਿਣਾ ਚਾਹੁੰਦਾ ਐਕਚੁਅਲ ਵਿੱਚ ਸਭ ਤੋਂ ਸੌਖਾ ਤਰੀਕਾ ਜਿਹੜਾ ਹੁੰਦਾ ਨਾ ਦਿਮਾਗ ਨੂੰ ਤੇਜ਼ ਕਰਨ ਲਈ ਉਹ ਇਹ ਆ ਕਿ ਤੁਸੀਂ ਆਪਣੇ ਦਿਮਾਗ ਨੂੰ ਔਖੀਆਂ ਚੀਜ਼ਾਂ ਦੋ ਕਰਨੋ ਜਦ ਤੱਕ ਦੇਖੋ ਆਪਾਂ ਜੇ ਸਾਰਾ ਦਿਨ ਬੈੱਡ ਤੇ ਬੈਠੇ ਰਵਾਂਗੇ ਤੇ ਸਾਰਾ ਦਿਨ ਹਿੱਲਾਂਗੇ ਨਹੀਂ ਕੁਛ ਨਹੀਂ ਕਰਾਂਗੇ ਖਾਵਾਂਗੇ ਨਹੀਂ ਪੀਵਾਂਗੇ ਨਹੀਂ ਆਪਾਂ ਕਮਜ਼ੋਰ ਹੁੰਦੇ ਜਾਣਾ ਨਾ ਇਦਾਂ ਹੀ ਆਪਣੇ ਦਿਮਾਗ ਨੂੰ ਵੀ ਜਦੋਂ ਆਪਾਂ ਇਹਨੂੰ ਕੁਝ ਨਵਾਂ ਨਹੀਂ ਸਿਖਾਉਂਦੇ ਕੋਈ ਨਵਾਂ ਇਨਫੋਰਮੇਸ਼ਨ ਨਹੀਂ ਇਹਦੇ ਅੰਦਰ ਵੱੜਦਾ ਇਹ ਉੱਥੇ ਹੀ ਰਹਿੰਦਾ ਇਹ ਥੋੜਾ ਸਲੋ ਹੋ ਜਾਂਦਾ ਤਾਂ ਕਰਕੇ ਦਿਮਾਗ ਨੂੰ ਟ੍ਰੇਨ ਕਰਨਾ ਵੀ ਬਹੁਤ ਜ਼ਰੂਰੀ ਆ ਐਕਚੁਅਲ ਵਿੱਚ ਦਿਮਾਗ ਨੂੰ ਟ੍ਰੇਨ ਕਰਨਾ ਸਭ ਨੂੰ ਜ਼ਰੂਰੀ ਚੀਜ਼ ਆ ਕਿਉਂਕਿ ਜੇ ਇਹ ਤੁਹਾਡੇ ਕੰਟਰੋਲ ਵਿੱਚ ਆ ਤਾਂ ਸਾਰਾ ਕੁਝ ਤੁਹਾਡੇ ਕੰਟਰੋਲ ਵਿੱਚ ਆ ਤੁਹਾਡੇ ਈਮੋਸ਼ਨ ਤੁਹਾਡੇ ਕੰਟਰੋਲ ਵਿੱਚ ਆ ਤੁਸੀਂ ਕਿੱਦਾਂ ਰਿਐਕਟ ਕਰੋਗੇ ਕੋਈ ਵੀ ਚੀਜ਼ ਨੂੰ ਪਲੱਸ ਓਵਰਆਲ ਤੁਸੀਂ ਚੀਜ਼ਾਂ ਬੈਟਰ ਰਿਮੈਂਬਰ ਕਰ ਸਕੋਗੇ ਇਦਾਂ ਨਹੀਂ ਕਿ ਕੋਈ ਵੀ ਚੀਜ਼ ਅਚਾਨਕ ਤੁਸੀਂ ਭੁੱਲ ਗਏ ਫਾਇਦਾ ਇਹ ਚੀਜ਼ ਤੁਹਾਡਾ ਆ ਸੀਗੀ ਅੱਜ ਦੀ ਵੀਡੀਓ ਉਮੀਦ ਕਰਦਾ ਤੁਹਾਨੂੰ ਵਧੀਆ ਲੱਗੀ ਹੋਵੇ ਜੇ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਦੇ ਹੋ ਤੇ ਮੈਨੂੰ ਕਮੈਂਟ ਚ ਦੱਸਿਓ ਤੁਹਾਨੂੰ ਅੱਗੇ ਕਿੱਦਾਂ ਦਾ ਕੰਟੈਂਟ ਚਾਹੀਦਾ ਤੇ ਉਹੀ ਆਪਾਂ ਲਿਆਵਾਂਗੇ ਸੋ ਆਪਾਂ ਮਿਲਦੇ ਆ ਅਗਲੀ ਵਾਰ ਓਕੇ